عظمت شہداء کربلا بلند صلوات۔ مومنین آباد کے سامنے ذاکر اہل بیت جناب ذاکر علی رضا صاحب فضائل و مصائب محمد و آل محمد بیان فرمائیں گے۔ نعرہ تکبیر، نعرہ رسالت، نعرہ حیدری، حسینیت، یزیدیت، اہل بیت دشمن تے لعنت، سین دے دشمن قاتلاں تے لعنت، بر محمد و آل محمد صلوات۔ الحمدللہ وعدہ وفا ہو گیا، جناب دیا زیارتہ نصیب ہو گئیاں۔ بسم اللہ۔ 1414 میرا گھر ہے تے میں آپ بانی ہاں، بس او حاضری مقصد ہے تے پھر اگے راہ جانے تے شاہ جانے۔ اعوذ باللہ السمیع الشیطان اللعین الرجیم، بسم اللہ صلوات۔ الحمد للہ رب العالمین عاقبت للمتقین صلوات۔ الصلاۃ والسلام علی اشرف الانبیاء والمرسلین الذی کی لا فی شان ہی وما ارسلناک الا رحمت للعالمین غرور فوج ستمگار توڑ سکتا ہوں۔ ہوں جڑا بندہ ناشتہ کر کے ابتدا بندہ چپ کر کے چادر گھٹ کے بہ گئے، انہیں سارا دن کوئی بولنا ہے؟ آ تو بندہ جان کے جھگڑا لا لوے مجمے نال، بولو، توجہ کرو، تھانوں اللہ دا واسطہ تے تھانوں مرشد دا واسطہ، کیوں بندہ کسی نال جھگڑا لاوے؟ انشاءاللہ اپنی قضا نہ ہوئے۔ تُسی بھی نیت کے بیٹھے ہو، میں بھی نیت لئیے دعا یہ منگدا انشاءاللہ کسی دی قضا نہ ہو جاوے۔ گل کون آخرے، کس ٹائم آخرے؟ دریا دا کنارہ، دریائے فرات دا کنارہ ہے۔ کچھ فوج دے بندے سرکار وفا دے کول آ گئے۔ تُسی یاد ہو اسی بڑی طاقت دے مالک ہیں، تہاڈے کول اتنی جو طاقت ہے بظاہر ترے دن ہوگن تہاڈے کول پانی کوئی نہیں۔ میں سرکار وفا دی طاقت دسن لگا جڑے غازی دے مرید بیٹھے ہو،
ਬਈ ਤਰੇ ਦਿਨ ਹੋ ਗਏ ਤੁਹਾਡੇ ਕੋਲ ਬਜ਼ਾਇਰ ਦੁਨੀਆਂ ਤਾਂ ਪਾਣੀ ਕੋਈ ਨਹੀਂ ਤੇ ਉਹ ਤਾਕਤ ਅਜ਼ਮਾਓ ਇਹ ਇਤਨੀ ਫੌਜ ਏ ਇਸ ਤੋਂ ਡਰਦੇ ਹੋ ਸਰਕਾਰੇ ਵਫਾ ਅਲੀ ਦਾ ਪੁੱਤਰ ਆਈ ਸਰਕਾਰੇ ਵਫਾ ਨੇ ਖੁਦਾਈ ਅੱਖਾਂ ਚ ਆਈਆਂ ਜਿਹੜੇ ਲਫ਼ਜ਼ ਸੁਣਦੇ ਹੋ ਸਰਕਾਰੇ ਵਫਾ ਬਾਬਾ ਜੀ ਖੁਦਾਈ ਅੱਖਾਂ ਚ ਆਈਆਂ ਇਹਦੀ ਅੱਖ ਚੱਕ ਪਾ ਕੇ ਇਹਦੇ ਪਾਸੇ ਡੇਕ ਕਿਆ ਦਿਨ ਗਰੂਰੇ ਫੌਜ ਸਿਤਮਗਾਰ ਤੋੜ ਸਕਤਾ ਹੂੰ ਰੁਖੇ ਫੁਰਾਤ ਨਿਗਾਹੋਂ ਸੇ ਮੋੜ ਥੋੜਾ ਜਿਹਾ ਜਾਗੀ ਯਾਰ ਥੋੜਾ ਜਿਹਾ ਹੱਥ ਖੋਲ ਕੇ ਬਿਸਮਿਲ੍ਲਾਹ ਕਰਾਂ ਰੁਖੇ ਫੁਰਾਤ ਨਿਗਾਹੋਂ ਸੇ ਮੋੜ ਸਕਤਾ ਹੂੰ ਅਲੀ ਕਾ ਲਾਲ ਹੂੰ ਮੌਜਜ਼ ਨੁਮਾਇਓਂ ਕੀ ਕਸਮ ਮੈਂ ਆਫਤਾਬ ਸੇ ਪਾਣੀ ਨਿਚੋੜ ਸਕਤਾ ਆਹ ਬਸ ਬਸ ਸਫ਼ਰ ਏ ਮਾਲਕ ਤੁਹਾਡੇ ਹੁਸੈਨ ਜ਼ਿੰਦਾਬਾਦ ਬਿਸਮਿਲ੍ਲਾਹ ਬਿਸਮਿਲ੍ਲਾਹ ਜ਼ਿੰਦਗੀ ਬਸ ਲੰਮੀ ਚੌੜੀ ਮਜਲਿਸ ਨਹੀਂ ਪੜ੍ਹਨੀ ਜਿਤਨਾ ਮੈਂ ਟਾਈਮ ਹੈ ਉਸ ਨਾਲੋਂ ਵੀ ਦੋ ਮਿੰਟ ਪਹਿਲੇ ਛੱਡਣਾ ਠੀਕ ਹੈ ਕਿਉਂਕਿ ਡਿਊਟੀਆਂ ਸਰਕਾਰ ਦੀਆਂ ਗੁਜਰਾਂ ਵਾਲੇ ਤਾਂ ਫਿਰ ਪਤਾ ਨਹੀਂ ਸਰਕਾਰ ਨੇ ਜਿਵੇਂ ਜਿਵੇਂ ਅਮਰ ਲਾਇਆ ਬਸ ਉਸ ਡਿਊਟੀਆਂ ਅਦਾ ਕਰਨੀਆਂ ਹੈ ਜਦ ਪੜ੍ਹਾਂ ਕਸੀਦਾ ਜੀ ਮੈਂ ਅੱਜ ਦੀ ਨਿਸਬਤ ਨਾਲ ਕਸੀਦਾ ਪੜ੍ਹਨ ਲੱਗਾ ਆਪਣੀ ਅੱਕ ਆਜ਼ਾਦੀ ਦੀ ਸ਼ਾਨ ਕਸੀਦਾ ਪੜ੍ਹਨ ਲੱਗਾ ਠੀਕ ਹੈ ਜੀ ਸੈਯਦ ਬਾਦਸ਼ਾਹ ਤੁਹਾਨੂੰ ਦੁਆ ਕਰਨੀ ਹੈ ਤਾਂ ਮੈਂ ਕਸੀਦਾ ਸ਼ੁਰੂ ਕਰ ਲਗਾ ਚੂੰਕਿ ਅਲੀ ਵਾਲਾ ਅਨਪੜ੍ਹ ਹੋ ਸਕਦਾ ਹੈ ਜਾਹਿਲ ਨਹੀਂ ਹੋ ਸਕਦਾ ਜਾਹਿਲ ਨਹੀਂ ਹੇ ਅਰਜ਼ੂ ਨਬੀ ਦੀ ਹੇ ਅਰਜ਼ੂ ਨਬੀ ਜਿਹੜੇ ਜ਼ਾਕਰਾਂ ਨੂੰ ਸ਼ਕਲੋਂ ਵੇਖ ਕੇ ਨਹੀਂ ਸੁਣਦੇ ਜ਼ਿਕਰ ਨੂੰ ਸੁਣਦੇ ਹੋ ਅੱਜ ਟ੍ਰੈਂਡ ਬਣ ਗਿਆ ਵੀ ਸ਼ਕਲ ਪਛਾਣੀ ਹੋਵੇ ਤੇ ਤਾਂ ਬੋਲਦੇ ਹਨ ਹਾਂ ਹੇ ਅਰਜ਼ੂ ਨਬੀ ਦੀ ਕਾਰੀ ਸਾਹਿਬ ਅਤਿਆਬਰੂ ਅਲੀ ਦੀ ਜਗ ਤੇ ਹਯਾ ਦੀ ਮਲਕਾਜ਼ੀ ਸ਼ਾਨ ਫਾਤਿਮਾ ਹੈ ਹੱਥ ਖੋਲ ਕੇ ਥੋੜਾ ਜਿਹਾ ਜ਼ਿੰਦਗੀ ਦਰਾਜ਼ ਹੋਵੇ ਜੈਨੂਅਨ ਮਜਲਿਸ ਹੋਰ ਹੁੰਦੀ ਹੈ ਅੱਜ ਸਾਹਿਬ ਸ਼ਾਨ ਫਾਤਿਮਾ ਜ਼ਿੰਦਗੀ ਜ਼ਿੰਦਗੀ ਦਰਾਜ਼ ਆਵੇ ਮਾਲਕ ਤੁਹਾਨੂੰ ਕਿਸੇ ਦਾ ਮਹਤਾਜ ਨਾ ਫਰਮਾਵੇ ਹਾਜੀ ਸਾਹਿਬ ਲਾਈਨ ਮੈਂ ਪੜ੍ਹਦਾ ਜਾਵਣਾ ਇਨਸਾਫ਼ ਤੁਸੀਂ ਕਰਨਾ ਹੈ ਬਈ ਕਠੋੜ ਵੀ ਪੜ੍ਹਿਆ ਕੀ ਹੈ ਪਹਿਲੀ ਗੱਲ ਪੀਰੋ ਮੁਰਸ਼ਦ ਵਾਲਾ ਦੂਜੇ ਨੰਬਰ 'ਤੇ ਉਸਤਾਦ ਵਾਲਾ ਤੀਜੇ ਨੰਬਰ 'ਤੇ ਮਾਂ ਪਿਓ ਦੀਆਂ ਦੁਆਵਾਂ ਲੈ ਕੇ ਟੁਰਿਆ ਅਤੇ ਕਿਸ ਸਕੂਟਰ ਵਾਲੀ ਗੱਲ ਕੋਈ ਨਹੀਂ ਵੀ ਸੀਡੀ ਮੁੱਕੇ ਤੇ ਜਾਨ ਛੁੱਟੇ ਉਹ ਕੁੰਜਣ ਵਾਲਾ ਵੱਲ ਸਾਨੂੰ ਸਾਈਆਂ ਸਿਖਾਇਆ ਹੋਇਆ ਬਈ ਥੋੜੇ ਟਾਈਮ 'ਚ ਕਿਵੇਂ ਪੜ੍ਹਨਾ ਤੇ ਚੌਖੇ ਟਾਈਮ 'ਚ ਕਿਵੇਂ ਪੜ੍ਹਨਾ ਸ਼ੇਰ ਪੜ੍ਹਨਾ ਚਾਹੁੰਦਾ ਜਿੱਥੋਂ ਜਿੱਥੋਂ ਤੱਕ ਮੇਰੀ ਆਵਾਜ਼ ਆ ਰਹੀ ਹੈ
ਬੇਸਾਖਤਾ ਰੂਹ ਅਲੀ ਅਲੀ ਨਾ ਕਰੇ ਤੇ ਫਿਰ ਪਿੰਨੀ ਖਿਰਾਇਆ ਦਾ ਮਜ਼ਾ ਤੇ ਕੋਈ ਨਹੀਂ। ਬੇ ਅੰਦਰ ਵਾਲਾ ਰੂਹ ਆਪੇ ਨਾ ਬੋਲੇ। ਪੂਰੀ ਤਵੱਜੋ ਆਪਣੀਆਂ ਕਜ਼ਾਦੀ ਦਾ ਬਾਬਾ ਜੀ ਤਾਰਫ ਕਰਵਾ ਰਿਹਾ। ਮੇਰੀ ਅੱਖ ਆਜ਼ਾਦੀ ਕਿਸ ਅਜ਼ਮਤ ਦੀ ਮਾਲਕ ਹੈ, ਕਿ ਸ਼ਾਨ ਦੀ ਮਾਲਕ ਹੈ। ਪੂਰੀ ਤੋਂ ਚੁੱਕੀ ਬਈ ਜਿੰਦਾ ਹਾਸ਼ੀਆ ਪਾ ਕੇ ਅਮੀਰੇ ਹਾਂ ਸ਼ਬੀਰ ਜਦੀ ਤਫਸੀਰੇ। ਬੋਲਣਾ ਤੇ ਉਸ ਬੰਦੇ ਜਿਹਨੂੰ ਸਮਝ ਆਉਣੀ ਹੈ ਜ਼ਿੰਦਗੀ ਦਾ ਰਾਜ਼ ਹੋਵੇ। ਜਿੰਦਾ ਹਾਸ਼ੀਆ ਪਾ ਕੇ ਅਮੀਰੇ ਸ਼ਬੀਰ ਜਦੀ ਤਫਸੀਰੇ। ਜਿੰਦਾ ਹਾਸ਼ੀਆ ਪਾ ਕੇ ਅਮੀਰੇ ਜ਼ਿੰਦਗੀ ਹੋਵੇ। ਥੋੜ੍ਹੇ ਜਿਹਾ ਤਵੱਜੋ ਤਵੱਜੋ ਤਵੱਜੋ। ਜਿੰਦੀ ਰੇਹਲ ਨਬੀ ਦੇ ਹੱਥ ਹੈ ਟਗਲਾ ਗੰਜਦਾ ਤਤਹੀਰੇ। ਜਿੰਦੀ ਰੇਹਲ ਨਬੀ ਦੇ ਹੱਥ ਹੈ ਟਗਲਾ ਗੰਜਦਾ ਤਤਹੀਰੇ। ਆਸੀਆ ਮਰੀਮ ਤੇ ਹਵਾ ਜਿਆਂ ਸਭ ਬੀਬੀਆਂ ਆ ਬੁਰਕੇ ਹਯਾ ਦੇ ਲੈ ਕੇ ਦੋ ਸਾਨੂੰ ਹੋ ਕੇ ਬਹਿ ਕੇ ਹਾਂ ਜੈਂਦੀ ਕਰਨ ਤਿਲਾ ਵੇ ਓ ਕੁਰਾਨ ਫਾਤਿਮਾ ਹੈ। ਜ਼ਿੰਦਗੀ ਦਰਾਜ਼ ਹੋਵੇ। ਹਾਜੀ ਸਾਹਿਬ ਤੁਸੀਂ ਬਜ਼ੁਰਗ ਜ਼ਾਕਰ ਹੋ ਸਾਡੇ ਬਿਸਮਿਲ੍ਲਾ ਬਜ਼ੁਰਗ ਹੋ। ਬਜ਼ੁਰਗ ਜ਼ਾਕਰ ਫਰਮਾਉਂਦੇ ਹੁੰਦੇ ਹਨ ਦਾਦ ਉਹ ਜਿਹੜੀ ਪਿੱਛੋਂ ਸ਼ੁਰੂ ਹੋਵੇ। ਦਾਦ ਉਹ ਬਿਸਮਿਲ੍ਲਾ ਕਿੰਨਾ ਕੁ ਟਾਈਮ ਹੋ ਗਿਆ ਅਲੀ ਅਲੀ ਕਾ ਜਹਾਂ ਵੀ ਦੇਖੋ ਸੋਏ ਹੋਗਾ ਕਬਰ ਮੇ ਬਾਜ਼ੀ ਕੀ ਖੂਮ ਹੋਗੀ ਆ ਮਲੰਗੋ ਕੇ ਸ਼ੋਰ ਹੋਗਾ ਉਹ ਧਕੇ ਲਗਾਏਗਾ ਉਹ ਵੀ ਦੋ ਹਾਂ ਮੈਂ ਗੱਲ ਕਰ ਰਿਹਾ ਵੀ ਦਾਦ ਉਹ ਜਿਹੜੀ ਬਿਸਮਿਲ੍ਲਾ ਵਾਹ ਸਹੀ ਹੈ ਜ਼ਿਆਦਾ ਵਾਹ। ਦਾਦ ਉਹ ਜਿਹੜੀ ਪਿੱਛੋਂ ਸ਼ੁਰੂ ਹੋਵੇ ਉਹ ਦਾਦ ਕੀ ਹੋਈ ਜਿਹੜੀ ਇੱਕ ਇੱਥੋਂ ਉੱਠ ਪਿਆ ਤੇ ਇੱਕ ਇੱਥੋਂ ਤੇ ਇੱਕ ਵਿਚਕਾਰੋਂ ਤੇ ਇੱਕ ਪਿੱਛੋਂ। ਨਾ 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 ਉਹ ਦਾਦ ਨਹੀਂ ਉਹ ਜ਼ਾਕਰੀ ਵੀ ਨਹੀਂ ਉਹ ਮੁਤਮਿਨੀ ਵਾਲੀ ਜ਼ਾਕਰੀ ਤੇ ਮੈਂ ਮੁਤਮਿਨ ਹਾਂ ਆਪਣੇ ਮੁਰਸ਼ਦ ਦੀ ਦੁਆ ਦਾ ਸਦਕਾ ਮੈਂ ਮੁਤਮਿਨ ਜ਼ਾਕਿਰ ਹਾਂ। ਮੌਲਾ ਤੁਹਾਨੂੰ ਰੰਗ ਲਾਵੇ। ਇਹ ਅੱਜ ਸਾਰੇ ਬੰਦੇ ਜਿਹਨੂੰ ਹੀ ਵੇਖ ਲਓ ਦੀਨ ਮੇ ਐਸੇ ਹੋਤਾ ਹੈ ਦੀਨ ਮੇ ਯੇ ਹੈ ਦੀਨ ਮੇ ਐਸੇ ਹੈ ਹਰ ਬੰਦੇ ਠੇਕੇਦਾਰ ਬਣਿਆ ਹੈ। ਪ੍ਰਾਇਮਰੀ ਪਾਸ ਨਹੀਂ ਹੁੰਦਾ ਤੇ ਦੀਨ ਦਾ ਠੇਕੇਦਾਰ ਹੈ। ਪੂਰੀ ਤਵੱਜੋ ਚਾਹਨਾ ਹੈ ਦੀਨ ਕਿਆ ਹੈ ਇਹ ਦੀਨ ਇਸਲਾਮ ਕਿਆ ਹੈ। ਸ਼ੇਰ ਮੈਂ ਐਸਾ ਪੜ੍ਹਨਾ ਹੈ ਚਲੋ ਮੈਂ ਤਾਂ ਨਹੀਂ ਆਉਣਾ ਵੀ 6 ਕੁ ਮਹੀਨੇ ਤੁਸੀਂ ਮੈਨੂੰ ਦੁਆ ਦਿਓ ਰਾਤ ਤੱਕ ਤੇ ਦੁਆ ਦੇਸੋ ਆ ਇੱਕ ਸਲਵਾਤ ਪੜੋ ਆਲੇ ਮੁਹੰਮਦ ਦੀ ਜ਼ਾਤ ਤੇ ਆਓ ਜੀ ਆਓ ਬਿਸਮਿਲ੍ਲਾ ਹਾਂ ਬਿਸਮਿਲ੍ਲਾ ਸੈਯਦਜ਼ਾਦੇ ਦੀ ਆਮਦ ਤੇ ਇੱਕ ਹੋਰ ਸਲਵਾਤ ਪੜੋ ਆਓ ਜੀ ਬਿਸਮਿਲ੍ਲਾ ਇਜਾਜ਼ਤ ਹੋ ਸਕਾ ਇਹ ਦੀਨ ਕਿਆ ਹੈ ਤਵੱਜੋ ਹੈ ਜੀ ਮੈਂ ਤਾਰਫ ਕਰਵਾਉਣ ਦਿੱਤਾ ਵੀ ਸੈਯਦ ਬਾਦਸ਼ਾਹ ਆ ਗਏ ਇਹ ਦੀਨ ਕਿਆ ਹੈ ਇਹ ਇਸਲਾਮ ਕਿਆ ਹੈ ਪੂਰੀ ਤੋਂ ਜਾਣ ਕਿਉਂ ਵੀ ਇਹ ਜਿਹੜਾ ਦੀਨ ਸਲਾਮ ਏ ਇਹਦਾ ਉੱਠਣ ਬਹਿਣ ਦਾ ਨਾਮ ਏ ਵਾਡੀ ਖੈਰ ਹੋਵੇ ਭਾਈ ਜ਼ਿੰਦਗੀ ਦਰਾਜ਼ ਹੋਵੇ ਬਿਸਮਿਲ੍ਲਾ ਕਰਾਂ ਜ਼ਿੰਦਗੀ ਦਰਾਜ਼ ਹੋਵੇ ਮਾਲਕ ਤੁਹਾਨੂੰ ਕਿਸੇ ਦਾ ਮੋਤਾ ਇਹਨਾਂ ਫਰਮਾਇਆ ਕਿਉਂ ਵੀ ਇਹ ਜਿਹੜਾ ਦੀਨ ਸਲਾਮ ਏ ਇਹਦਾ ਉੱਠਣ ਬਹਿਣ ਦਾ ਨਾਮ ਏ ਇਸਮਤ ਦੀ ਰਿਆਸਤ ਦੇ ਵਿੱਚ ਇਹਦੇ ਚੱਲਦੇ ਹਣ ਅਹਕਾਮ ਥੋੜਾ ਜਿਹਾ ਜਾਗੋ ਨਾ ਬਿਸਮਿਲ੍ਲਾ ਕਰਾਂ ਬਾਜ ਇੱਕ ਬਾਜਮਾਤ ਨਾਰਾ ਸੁਣਾਓ ਬਿਸਮਿਲ੍ਲਾ ਸਲਾਮੇ ਇਹਦੇ ਉੱਠਣ ਬਹਿਣ ਦਾ ਨਾਮ ਏ ਇਹ ਜਿਹੜਾ ਦੀਨ ਸਲਾਮੇ ਇਹਦੇ ਉੱਠਣ ਬਹਿਣ ਦਾ ਨਾਮ ਏ ਹਾਂ ਇਸਮਤ ਦੀ ਰਿਆ
چل دے کامے عصمت دی ریاست دے وچ چل دے کامے مصطفیٰ دا چین ہے مادر حسنین ہے آ آ آ جی میں خدا دے گئے دی پہچان مرتضی ہے او جی میں خدا دے گئے دے پہچان مرتضی ہے ایمیں نبی دے گئے دی پہچان فاطمہ ہے بسم اللہ یا رسول بسم اللہ بسم اللہ بسم اللہ جی جی بسم اللہ اعلان ہے جی 12 رجب حیدری امام بارگاہ مرکز گوجرا سرکار دا جشن ہوندا پیا ہے ان دے وچ علامہ کمال حیدر رضوی صاحب پڑھدے پئے ہیں جناب فرحان علی وارث صاحب پڑھدے پئے ہیں ذاکر کامران بی صاحب پڑھتے پے ہیں سید عقیل محسن نقوی صاحب پڑھتے پے ہیں تے میں بھی ڈیوٹی دے سا اعلان چنگا ہو گیا نا جی اس صبح جشن انشاءاللہ 10 بجے شروع ہو جائے گا جی اچھا دوسرے پاس اچھا جی بسم اللہ شب داری جناب اے 7 جمادی الثانی جی سیدہ مخدومہ کونین دے شہادت دے سلسلے چوندی پئی جناب تے سارے نو دعوت دی اپیل ہے ملک دیاں نامور سنگتاں شرکت کر رہی ہیں سب نو ماتم دی صدائے بھی اتھے آ کے ماتم آ کے ماتم دا پرسا سین دوں پیش کرو ایک سلوات پڑھو آل محمد دے ذات تے جو بیاں کرنے لگا ہوں دوستو آج کا میرا بیاں حسین ہے میں تساں سوچ دے ہونا ہے سوچ دے ہونا ہے تساں سوچ دے ہونا ہے بھائی میں ہور پڑے تو میں ممبر چھڑ دینا ہے یہ تو نہ ہے زاکری مطمئن زاکری پوری تو جو بیاں کرنے لگا ہوں آج کا میرا بیاں حسین ہے ماتمیاں دا شیر پڑھن لگا جڑے ہلکے دے ماتمی بیٹھے ہو گرمی ہوئے کوئی پرواہ نہیں سردی ہوئے کوئی پرواہ نہیں کمیزاں لتھی ہوئی ہیں تے ہلکے چ اس دی وجہ کیا ہے اس دی وجہ کیا ہے اس دی وجہ کیا ہے پوری تو جو کہیں بھائی نماز عشق پڑھتے ہیں برف باری ہو سردی ہو نماز عشق پڑھتے ہیں برف باری ہو سردی ہو یہ ماتم کھل کے کرتے ہیں بلے جتنی بھی گرمی ہو ماتمی پہ موسموں کا کیا اثر ہاں ماتمی کا سائباں حسین ہے ادا پیاں اذان دے بعد نمازی سید بسم اللہ کرم بھائی مجمع تھوڑا نہیں تے آج 5 جمادی الثانی ہے آج دا دن جڑے اے دن نا 10 محرم تو گھٹ نہیں بلکہ ود دن 10 محرم کو مرد کسین 10 محرم والے دن مرد کسین مردہ دیاں شہادتا ہوئی ہیں ہائیو میں صدقے جاواں اے او دہاڑن جن نائچ میری سین دی شہادت ہوئی ہے بسم اللہ کر اے محرم نالوں میں وڈا محرم آئے تو مکان دے منا ہوں نا تے میں او سین دا دکھ سناون لگا اس بطول دا دکھ سناون لگا بجن دی زندگی تھوڑی آئی تے دکھ ڈھیران جنہ ہائے کیتی علی دیاں جائیاں راضی ہوں منے میرے حصے دی مجلس ہو گئی تیری ہائے نکل آئی میری مجلس ہو گئی ادا پیاں اذان دے بعد نماز سید
ਉਹ ਕੀਤਾ ਸ਼ਾਮ ਦੇ ਵਿੱਚ ਐਲਾਨੇ ਮੇਰੀ ਚੌਂ ਸਾਲਾਂ ਦੀ ਹਾਇਓ ਭੈਣ ਮਸੂਮਾ ਜਿਹੜੀ ਮਰ ਗਈ ਏ ਵਿੱਚ ਜ਼ਿੰਦਾ ਸ਼ਰਮਾ ਕੇ ਨਾ ਰੋਵੀ ਬਿਸਮਿਲਲਾ ਧੀਆਂ ਦੇ ਪਿਓ ਬੈਠੇ ਹੋ ਹਾਏ ਮੇਰੀ ਚੌਂ ਸਾਲਾਂ ਦੀ ਭੈਣ ਮਸੂਮਾ ਜਿਹੜੀ ਮਰ ਗਈ ਏ ਵਿੱਚ ਜ਼ਿੰਦਾ ਸੱਜਾਦ ਦੀ ਗੁਰਬਤ ਮਹਿਮਾਨੇ ਸੈਯਦ ਨੂੰ ਨਹੀਂ ਰੋਕਿਆ ਤੇ ਕੋਈ ਆਣ ਸ਼ਰੀਕ ਜਨਾਜ਼ਾ ਹੋਵੇ ਮੈਡਾ ਥੀ ਗਿਆ ਬਹੁ ਨੁਕਸਾ ਬਿਸਮਿਲਾ ਜੀ ਜੀ ਕੋਈ ਆਣ ਸ਼ਰੀਕ ਜਨਾਜ਼ਾ ਹੋਵੇ ਮੈਡਾ ਥੀ ਗਿਆ ਬਹੁ ਨੁਕਸਾ ਬਿਸਮਿਲਾ ਬਸ ਮੇਰਾ ਟਾਈਮ ਖਤਮ ਮੇਰੇ ਹਿੱਸੇ ਦੀ ਮਜਲਿਸ ਹੋ ਗਈ ਭੈਣ ਨੂੰ ਚਾਇਆ ਇਸ ਬਿਲਾ ਤਸ਼ਬੀ ਕੜੀਆਂ ਵਾਲੇ ਹੱਥਾਂ ਤੇ ਕੜੀਆਂ ਅੱਲਾ ਜਨਾਲਾ ਭੈਣ ਦੀ ਮਈਅਤ ਨਾ ਕੜੀਆਂ ਅੱਲਾ ਜਨਾਲਾ ਜਿਹੜੇ ਧੀਆਂ ਦੇ ਪਿਓ ਬੈਠੇ ਭੈਣ ਦਾ ਜਨਾਜ਼ਾ ਚਾਹ ਕੇ ਬਿਸਮਿਲਾ ਕਰਾਂ ਬਾਈ ਆਬਦ ਪਿਆਦਾ ਜ਼ਖਮੀ ਹੱਥਾਂ ਤੇ ਜ਼ਖਮੀ ਜਨਾਜ਼ਾ ਭੈਣ ਦਾ ਚਾਹ ਕੇ ਟੁਰ ਪੀ ਆਏ ਲੋਕ ਆਦਨ ਕੌਣ ਏ ਕਿੱਥੋਂ ਦਾ ਵਸਦਾ ਏ ਤੇਰੇ ਲਿਬਾਸ ਤੋਂ ਮਲੂਮ ਹੁੰਦਾ ਤੂੰ ਸ਼ਾਮੀ ਨਹੀਂ ਕੌਣ ਏ ਕੌਣ ਏ ਕਿਆ ਚਾਹੀ ਫਿਰਦਾ ਏ ਉਸ ਵੇਲੇ ਰਾਤ ਵੱਧ ਗਈ ਮੇਰੇ ਇਮਾਮ ਦੀ ਤੇ ਇਹਨਾਂ ਲੋਕਾਂ ਦੇ ਪਾਸੇ ਡੇਕਿਆ ਦਿਨ ਲੋਗੋ ਮੈਕੂ ਲੋਗੋ ਸਜਾਦਾ ਦੇ ਮੈਂ ਮੋਈ ਹੋਈ ਭੈਣ ਚਾਹੀ ਕਰ ਮਾਤਮ ਗਰੀਬ ਦਾ ਮੈਕੂ ਲੋਗੋ ਨਹੀਂ ਰੁਨੇ ਮੈਂ ਵੈਣ ਓਪਣ ਲੱਗਾ ਬਈ ਜਾਨ ਜਿਲ ਤੇ ਮੱਛਾਂ ਮੁੱਖ ਵੈਂਦੀਆਂ ਸੱਜਾ ਰੁਨਾ ਏ ਤਰੋ ਕੇ ਪਿਆ ਦਿਨ ਮੁਸਾਫਰ ਮੈਂ ਓ ਮਦੀਨੇ ਦਾ ਓ ਮੈਂ ਤੇ ਇਤਨੀ ਗਰੀਬੀ ਏ ਕਫਨ ਦੀ ਜਾ ਗਰੀਬ ਦਾ ਬਿਸਮਿਲਾ ਕਰਾਂ ਇਹਨਾਂ ਹੰਝਵਾਂ ਦਾ ਸਦਕਾ ਤੁਹਾਡੀ ਮੇਰੀ ਨੌਕਰੀ ਸੈਣ ਕਬੂਲ ਫਰਮਾਵੇ ਪੀਰ ਅਖਤਰ ਸ਼ਾਹ ਦੇ ਦਰਜਾਤ ਬੁਲੰਦ ਹੋਵਣ ਮੈਂ ਬਿਸਮਿਲਾ ਕਰਾਂ ਵੈਣ ਓਪਣ ਲੱਗਾਂ ਜਿੱਥੇ ਮੱਛਾਂ ਮੁੱਖ ਵੈਂਦੀਆਂ ਮੈਨੂੰ ਪਾਕ ਮਿੰਬਰ ਦੀ ਕਸਮ ਏ ਜਿਹੜੇ ਮਾਤਮੀ ਬੈਠੇ ਹੋ ਸੀਨਾ ਪਿਆਰਾ ਨਾ ਕਰਾਏ ਹੋ ਸਕਦਾ ਤੁਹਾਡੀ ਜਾਂ ਮੇਰੀ ਅੱਜ ਆਖਰੀ ਮਜਲਿਸ ਹੋਵੇ ਮੈਨੂੰ ਪਾਕ ਮਿੰਬਰ ਦੀ ਕਸਮ ਏ ਸੱਜਾਦ ਦੀ ਰਾਤ ਵੱਧ ਗਈ ਤੇ ਰੋ ਰੋ ਕੇ ਪਿਆ ਦਿਨ ਕੋਈ ਕੈਦੀ ਜੇ ਮਰ ਵੰਜੇ ਸ਼ਰੀਫਾ ਔਖਾ ਤੇ ਭਾਵੇਂ ਸੌਖਾ ਸੱਜਾ ਜੀ ਬਾਬਾ ਮੈਂ ਨੌਕਰਾਂ ਜਿੱਥਾ ਦਰਦ ਹੋਵੇ ਉਹ ਜਾ ਜਲਦੀ ਏ ਸੈਯਦ ਵੈਣ ਪਿਆ ਕਰਦਾ ਤੇ ਰੋ ਰੋ ਕੇ ਪਿਆ ਦੇ ਅਲੀ ਰਜ਼ਾ ਵਾ ਸੁਣਾ
ہو سکتا ہور دو آنسو ہور آ جاون سید رن اے میرے امام دی رات ودی تے رو رو کے پیادن کوئی کہہ دی جے مر ونجے اندے زیور لہائے ویندے اویں کڑیاں اوکھا دے سوکھا میرے امام نے بہن دا میت دفنایا ہے میت دفنا کے قبر دا نشان مٹاون لگ پئے اتنی غریبی آ گئی اتنی غربت آ گئی جو نشان مٹاونا پہ گیا باکر لال حکل مار کے آدن بابا میری پوپھی دی قبر دا نشان کیوں مٹین دے ہو بابا اے تڑاس میری پوپھی دی قبر دا نشان کیوں مٹاونا شروع کیتا ہے اس ویلے میرے امام دی رات ود پئی پتر دے پاسے دے کے آدن او گھوڑیاں لے یاد کر کربلا یاد کر او گھوڑیاں لے یاد کر او نیزیاں لے یاد کر ہو توڑے اسے غریب لے پتر دا اے دیئے غیرت سیدان دی او توڑے کربا دا لے پتر دا اے دیئے غیرت سیدان دی او متائے تھوی نیزے لے اے آونو بتائے تھوی نیزے لے اے آونو تا ہی آپ نشان مٹائی وے نہ مار تماچے سکینہ کو اے ستم گھر احساس یتیمی بڑی سخت سزا ہے عظمت جناب سیدہ سکینہ بنت الحسین علیہ السلام بلند تر صلوات مومنین اب آپ کے سامنے شاعر آل عمران شہنشاہ خطابت سخنور آل محمد جناب سید حیدر علی رضوی صاحب فضائل و مصائب محمد و آل محمد بیان فرمائیں گے بلند تر صلوات آدھے مومن کسی دگاہ نہیں کرتا تے ظالم کدی حیا نہیں کرتا مومنو جن دے دل وچ غادی عباس کنی بندہ کدی وفا نہیں کرتا بھائی مومنو میں سجادہ 23 مئی دمالا دی مجلس کرواندا پیا میرا نوجوان بھائی آئی شہید تھے گئے اندھی برسی کرمائے دا پیا سیدہ بالا بڑا سفر کرتے ہیں جو کوئی فارسنگ دے میں سیدہ نظر اللہ نیاز حسین مدد کر دے سو اندھا جار تھا کو شام دے خالی ولی حسین دے سی آج تین بھار تا صدقہ کوئی لکھ نہ دیکھو